ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਚੱਲੇ ਹਾਂ ਆਪਾਂ ਫਤਿਹਗੜ੍ਹ ਸਾਹਿਬ, ਉਸ ਪਾਵਨ ਪਵਿੱਤਰ ਧਰਤੀ 'ਤੇ। ਅੱਜ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ। ਘਰ ਤੋਂ ਨਿਕਲ ਗਏ ਹਾਂ, ITI 'ਤੇ ਤਰਨਵੀਰ, ਅਰੁਣਵੀਰ ਸਿੰਘ ਅਤੇ ਗੁਰਚਰਨ ਸਿੰਘ ਖੜ੍ਹੇ ਨੇ ਉੱਧਰ। ਇਕੱਠੇ ਗੱਡੀ 'ਚ ਜਾਵਾਂਗੇ, ਵਾਹਿਗੁਰੂ ਜੀ ਦਾ ਨਾਮ ਜਪਦੇ, ਅਤੇ ਸਾਰਿਆਂ ਨੂੰ ਉੱਥੇ ਜਾ ਕੇ ਫਤਿਹਗੜ੍ਹ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਵਾਂਗੇ, ਦਰਬਾਰ ਸਾਹਿਬ ਜੀ ਦੇ। ਹਾਂਜੀ, ਬੈਠ ਚੁੱਕੇ ਹਾਂ ਗੱਡੀ 'ਚ, ਇਹ ਮੇਰੇ ਸਾਰੇ ਵੀਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਹੁਣ ਚਾਲੇ ਪਾਤੇ ਨੇ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਹਾਂਜੀ, ਆਪਾਂ ਪਹੁੰਚ ਗਏ ਹਾਂ ਫਤਿਹਗੜ੍ਹ ਸਾਹਿਬ। ਆਓ ਚੱਲਦੇ ਹਾਂ ਸਾਰੇ ਦਰਸ਼ਨ ਕਰਨ, ਤੇ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ। ਆਓ ਜੀ ਚੱਲੀ, ਇਹ ਸਾਹਮਣੇ ਹੀ ਹੈ ਗੁਰਦੁਆਰਾ ਸਾਹਿਬ। ਅੱਜ ਵੀ ਭੀੜ ਹੈਗੀ ਆ ਬਹੁਤ, ਸੰਗਤਾਂ ਦਰਸ਼ਨ ਕਰਨ ਆਈਆਂ ਨੇ। ਹਾਂਜੀ ਵਾਹਿਗੁਰੂ ਜੀ, ਤੁਸੀਂ ਸਾਹਮਣੇ ਦੇਖ ਸਕਦੇ ਹੋ, ਅਸੀਂ ਪਹੁੰਚ ਗਏ ਫਤਿਹਗੜ੍ਹ ਸਾਹਿਬ, ਤੁਸੀਂ ਸਾਰੇ ਦਰਸ਼ਨ ਕਰ ਸਕਦੇ ਹੋ। ਇਹ ਸਥਾਨ ਹੈ ਜਿੱਥੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਸੀ। ਹਾਂਜੀ ਵਾਹਿਗੁਰੂ ਜੀ, ਇਹ ਉਹ ਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਸੀਗਾ। ਤੁਸੀਂ ਦੇਖ ਸਕਦੇ ਹੋ ਅਤੇ ਦਰਸ਼ਨ ਵੀ ਕਰ ਸਕਦੇ ਹੋ ਸਾਹਮਣੇ। ਹੁਣ ਆਪਾਂ
ਪਹੁੰਚ ਚੁੱਕੇ ਹਾਂ ਉਸ ਸਥਾਨ 'ਤੇ ਜਿੱਥੇ ਛੋਟੇ ਸਾਹਿਬਜ਼ਾਦੇ ਜਦੋਂ ਸ਼ਹੀਦ ਹੋ ਗਏ ਸੀਗੇ ਉਸ ਤੋਂ ਬਾਅਦ ਹੰਸਲਾ ਨਦੀ ਦੇ ਕੋਲ ਇਹ ਜੰਗਲ ਸੀਗਾ ਉੱਥੇ ਸਰੀਰ ਸੀਗਾ ਉਹਨਾਂ ਨੂੰ ਇੱਥੇ ਸੁੱਟ ਦਿੱਤਾ ਸੀਗਾ ਸਾਰੇ ਦਰਸ਼ਨ ਕਰਨ ਸਥਾਨ ਹੈ ਦੇਖੋ ਜਿੱਥੇ ਹੁੰਦੇ ਹਨ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਹੰਸਲਾ ਨਦੀ ਦੇ ਕੰਢੇ ਉਹਨਾਂ ਦਾ ਸਰੀਰ ਇੱਥੇ ਸੁੱਟ ਦਿੱਤਾ ਸੀਗਾ ਤੁਸੀਂ ਦਰਸ਼ਨ ਕਰ ਸਕਦੇ ਹੋ। ਜੀ ਵਾਹਿਗੁਰੂ ਜੀ, ਹੁਣ ਆਪਾਂ ਪਹੁੰਚ ਚੁੱਕੇ ਹਾਂ ਉਸ ਸਥਾਨ 'ਤੇ ਜਿੱਥੇ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਜੀ ਦਾ ਸੰਸਕਾਰ ਹੋਇਆ ਸੀਗਾ ਜੋਤੀ ਸਰੂਪ ਗੁਰਦੁਆਰਾ ਸਾਹਿਬ। ਆਓ ਸਾਰਿਆਂ ਨੂੰ ਅੰਦਰ ਦਰਸ਼ਨ ਕਰਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਹਮਣੇ ਜੋ ਤੁਸੀਂ ਦ੍ਰਿਸ਼ ਦੇਖ ਰਹੇ ਹੋ, ਜੋ ਹਵੇਲੀ ਦੇਖ ਰਹੇ ਹੋ, ਇਹ ਹਵੇਲੀ ਟੋਡਰਮੱਲ ਜੀ ਦੀ ਹੈ, ਜਿਨ੍ਹਾਂ ਨੇ ਆਪਣੀ ਸਾਰੀ ਧਨ ਦੌਲਤ, ਸਾਰਾ ਧਨ ਦੌਲਤ ਛੋਟੇ ਸਾਹਿਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਲਾ ਦਿੱਤਾ ਸੀ। ਇਹ ਤੁਸੀਂ ਹਵੇਲੀ ਦੇਖ ਸਕਦੇ ਹੋ ਅਤੇ ਸਾਰਿਆਂ ਨੂੰ ਦਰਸ਼ਨ ਕਰਾਵਾਂਗਾ। ਆ ਦੇਖੋ ਛੋਟੀ ਛੋਟੀਆਂ ਇੰਟਾਂ, ਟਾਈਲਾਂ ਕਹਿ ਸਕਦੇ ਹੋ, ਇੰਨੀ ਮੈਂ ਲੱਗਦਾ ਨਾ ਉਸ ਟਾਈਮ ਦਾ ਦ੍ਰਿਸ਼ ਕਿਵੇਂ ਦਾ ਹੋਵੇਗਾ। ਇਹ ਦੇਖੋ ਇਹ ਉਹ ਜਗ੍ਹਾ ਜਿੱਥੇ ਛੋਟੇ ਦੀਵੇ ਰੱਖਦੇ ਸੀਗੇ ਚਾਨਣਾ ਕਰਨ ਵਾਸਤੇ। ਆਹ ਦੇਖੋ ਉਸ ਟਾਈਮ ਦੇ ਹੁਣ ਵੀ ਨਿਸ਼ਾਨ ਹੈਗੇ ਨੇ ਜੋ ਦੀਵੇ 'ਚ ਨਿਕਲੀ ਹੋਈ ਹੈ। ਨੇਰਾ ਹੀ ਨੇਰਾ ਹੋਇਆ ਪਿਆ ਇਹ ਵੀ ਨਾਲ ਹੀ। ਇਹ ਟੋਡਰਮੱਲ ਜੀ ਦੀ ਹਵੇਲੀ ਦੀ ਰਸੋਈ ਹੈ, ਤੁਸੀਂ ਕਰੋ ਸਾਰੇ ਦਰਸ਼ਨ। ਹਨੇਰਾ ਬਹੁਤ ਹੈ ਤਾਂ ਸਾਫ਼ ਨਹੀਂ ਦਿਖ ਰਿਹਾ, ਜਿੰਨਾ ਹੋ ਸਕਦਾ ਮੈਂ ਕੋਸ਼ਿਸ਼ ਤਾਂ ਕਰ ਰਿਹਾ। ਆਹ ਦੇਖੋ ਉੱਪਰਲੀ ਸਾਈਡ ਪਾਣੀ ਦਾ ਹੋਜ਼। ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਹੋਜ਼ ਹੈ। ਇੱਥੇ ਪਾਣੀ ਪਾਣੀ ਹੁੰਦਾ ਸੀਗਾ ਲੋੜ ਅਨੁਸਾਰ। ਆਓ ਅੱਗੇ ਵੀ ਦਰਸ਼ਨ ਕਰਾਵਾਂਗੇ।
ਦੇਖੋ ਸਾਰਾ ਇਹ ਜਾਣ ਦੀ ਜਗ੍ਹਾ ਸੀਗੀ ਬਾਹਰ। ਹੁਣ ਤਾਂ ਵੈਸੇ ਬਹੁਤ ਹੀ ਗੁਰਸਿੱਖ ਪਰਿਵਾਰ ਨੇ ਜੋ ਟੋਡਰ ਮੱਲ ਜੀ ਦੀ ਹਵੇਲੀ ਹੈ ਸਾਂਭ ਕੇ ਰੱਖੀ ਹੋਈ ਹੈ। ਗੁਰਚਰਨ ਅੱਜ ਲਾਂਗਰੀ ਨੌਕਰ ਦਾ ਕਮਰਾ, ਆਹ ਦੇਖੋ ਲਾਂਗਰੀ ਨੌਕਰ ਦਾ ਕਮਰਾ ਹੁੰਦਾ ਸੀਗਾ। ਇਹ ਸਰਵੈਂਟ ਕੁੱਕ ਰੂਮ। ਚਲੋ ਅੱਗੇ ਚੱਲੀਏ, ਉੱਪਰ ਹੈ ਦੂਜੀ ਮੰਜ਼ਿਲ, ਉੱਪਰ ਉੱਪਰ ਵੀ ਤਾਂ ਚੜ੍ਹਦੇ ਨੇ। ਨਹੀਂ ਨਹੀਂ ਉੱਪਰ ਹੈਗੇ ਨੇ, ਮੈਂ ਦੇਖੇ ਨੇ। ਹਾਂ ਦੇਖਦੇ ਹਾਂ ਉੱਪਰਲੀ ਸਾਈਡ। ਵਾਓ ਕਿੰਨਾ ਖੂਬਸੂਰਤ ਡਿਜ਼ਾਇਨ ਹੈ, ਤੁਸੀਂ ਦੇਖ ਸਕਦੇ ਹੋ ਉੱਪਰਲੀ ਸਾਈਡ। ਉਹ ਦੇਖੋ ਇੱਕ ਛੋਟੀ ਛੋਟੀ ਟਾਈਲਾਂ ਨਾਲ ਨਾ ਬੜਾ ਖੂਬਸੂਰਤ ਤਰੀਕੇ ਨਾਲ ਡਿਜ਼ਾਇਨ ਉਹ ਪਾਇਆ ਹੋਇਆ ਹੈ। ਆਹ ਦੇਖੋ ਜੋ ਕੰਧਾਂ ਨੇ ਸਾਂਭਣ ਵਾਸਤੇ ਨਾ ਇਹ ਜੇ ਲੋਹੇ ਦੇ ਚਕਾਠਾਂ ਲਾਈਆਂ ਹੋਈਆਂ ਨੇ। ਦੀਵਾਨ ਟੋਡਰ ਮੱਲ ਜੀ ਦਾ ਵੀ ਬਹੁਤ ਧੰਨ ਜ਼ਿਕਰ ਆਇਆ, ਜਿਨ੍ਹਾਂ ਨੇ ਆਪਣੀ ਸਾਰਾ ਪੈਸਾ ਸੰਸਕਾਰ ਲਈ ਦਿੱਤਾ। ਵਾਹਿਗੁਰੂ। ਇਹ ਤੇ ਖਾਨਾ ਪੌੜੀਆਂ ਹੁੰਦੀਆਂ ਸੀ, ਆਹ ਦੇਖੋ ਸਾਹਮਣੇ ਲਿਖਿਆ ਹੋਇਆ ਚੁੰਨੇ ਅਤੇ ਇੱਟਾਂ ਦਾ ਬਣਿਆ ਹੋਇਆ ਪੁਰਾਤਨ ਫਰਸ਼। ਅੱਛਾ, ਇਹ ਪਹਿਲਾਂ ਦੇ ਜਿਹੜੇ ਫਰਸ਼ ਹੁੰਦੇ ਸੀਗੇ ਨਾ ਇਹ ਚੁੰਨੇ ਤੇ ਪੁਰਾਣੀ ਇੱਟਾਂ ਨਾਲ ਬਣੇ ਹੁੰਦੇ ਸੀਗੇ। ਵਾਹ, ਇਹ ਸਵੀਮਿੰਗ ਪੂਲ ਹੈ ਦੇਖੋ ਜੀ, ਫੁਹਾਰਾ ਸਵੀਮਿੰਗ ਪੂਲ। ਮਤਲਬ ਕਿ ਨਾ ਦੇਖਣ 'ਚ ਨਾ ਲੱਗਦਾ, ਮਹਿਲ ਦੇਖਣ 'ਚ ਲੱਗਦਾ ਆ ਕਿ ਟੋਡਰ ਮੱਲ ਜੀ ਕਿੰਨੇ ਤਗੜੇ ਅਤੇ ਕਿੰਨੇ ਅਮੀਰ ਹੋਣੇ ਉਸ ਟਾਈਮ। ਆ ਤੁਸੀਂ ਦੇਖੋ ਇਹ ਹਵੇਲੀ ਦੇਖੋ ਸਾਹਮਣੇ, ਮੈਂ ਵੀ ਫਸਟ ਵਾਰ ਇਹਨਾਂ ਦੇ ਦਰਸ਼ਨ ਕੀਤੇ ਨੇ ਹਵੇਲੀ ਦੇ। ਮੇਰੇ ਦਿਲ ਦੀ ਬਹੁਤ ਤਮੰਨਾ ਸੀਗੀ ਕਿ ਮੈਂ ਨਾ ਹਵੇਲੀ ਦੇਖਾਂ, ਕਿਉਂਕਿ ਚੰਗੀਆਂ ਚੀਜ਼ਾਂ ਦੇਖਣੀਆਂ ਵਧੀਆ ਹੁੰਦੀਆਂ ਨੇ।
ਕਿ ਜਿਨ੍ਹਾਂ ਨੇ ਸਾਰਾ ਆਪਣਾ ਧਨ ਦੌਲਤ ਸੰਸਕਾਰ ਲਈ ਲਾਤਾ। ਅੱਗੇ ਨੂੰ ਹੈਗਾ ਰਸਤਾ, ਬੂਟ ਤਾਂ ਉੱਧਰ ਪਏ ਨੇ, ਚਲੋ ਚੱਲਦੇ ਹਾਂ। ਚਲ ਜੀ ਹੁਣ ਚੱਲ, ਬਾਅਦ ਚ ਬਣਾਇਓ ਇਹਨੇ ਤਾਂ, ਇਹ ਵੀ ਬਸ ਗਿਰ ਗਈ ਨਾ ਕੰਧਾਂ। ਉਹ ਦੇਖੋ ਚੁਬਾਰੇ ਜਾਣ ਲਈ ਪੌੜੀਆਂ ਹੁੰਦੀਆਂ ਸੀਗੀਆਂ, ਇਹ ਉਹ ਦੇਖੋ ਇਹ ਗੁਸਲਖਾਨਾ ਹੁੰਦਾ ਸੀਗਾ, ਦੇਖੋ ਵਾਸ਼ਰੂਮ ਇਹ ਸਾਹਮਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹਗੜ੍ਹ ਸਾਹਿਬ ਤੋਂ ਬਾਅਦ ਆਪਾਂ ਹੁਣ ਸ਼੍ਰੀ ਚਮਕੌਰ ਸਾਹਿਬ 'ਤੇ ਪਹੁੰਚੇ ਹਾਂ। ਇੱਥੋਂ ਦੇ ਵੀ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ, ਸਾਰੀਆਂ ਸੰਗਤਾਂ ਨੂੰ। ਪਹੁੰਚ ਹੀ ਚੁੱਕੇ ਹਾਂ ਬਸ। ਵਾਹਿਗੁਰੂ ਹਾਂਜੀ, ਅੱਜ ਦੀ ਵਲੋਗ ਦੇ ਕਰਦੇ ਹਾਂ ਇੱਥੇ ਸਮਾਪਤੀ। ਜਿੰਨੀ ਵੀ ਸੰਗਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।